ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ ਸਾਰੇ, ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ। ਅਤੇ ਅੱਜ ਦਾ ਜਿਹੜਾ ਬਲੌਗ ਹੈ ਉਹ ਹੈਗਾ ਇਹ ਵੀ ਆਪਾਂ ਅੱਜ ਕਰਾ ਰਹੇ ਹਾਂ ਥੋੜ੍ਹਾ ਜਿਹਾ ਘਰ ਦਾ ਵਰਕ ਕੰਮ, ਹੈ ਨਾ, ਕਿਉਂਕਿ ਮੈਂ ਚਾਹੁੰਦਾ ਵੀ ਜਦ ਤੱਕ ਬੇਬੀ ਨੇ ਆਉਣਾ ਹੈ ਤਾਂ ਆਪਾਂ ਘਰ ਬਹੁਤ ਸੋਹਣਾ ਬਣਾ ਲੈਣਾ ਹੈ। ਅੱਜ ਆਪਾਂ ਜੰਗਲਾ ਲਵਾਉਣਾ ਇੱਥੇ, ਕਿਉਂਕਿ ਇੱਥੋਂ ਨਾ ਗਿਰਨ ਦਾ ਡਰ ਹੈ। ਚੰਨੋ ਵੀ ਕਈ ਵਾਰ, ਹੈ ਨਾ, ਕੰਮ ਕਰਦੀ ਹੁੰਦੀ ਹੈ ਤਾਂ ਮੈਂ ਉਦੋਂ ਵੀ ਕਈ ਵਾਰ ਮੈਂ ਸੋਚਿਆ, ਪਰ ਥੋੜ੍ਹੀ ਜਿਹੀ ਪਹਿਲਾਂ ਮਨੀ ਪ੍ਰੋਬਲਮ ਸੀ, ਬਟ ਹੁਣ ਚਲੋ ਬਾਬਾ ਜੀ ਦੀ ਮਿਹਰ ਹੈ, ਥੋੜ੍ਹੀ ਜਿਹੀ ਪ੍ਰੋਬਲਮ ਦਾ ਹੱਲ ਨਿਕਲ ਗਿਆ ਅਤੇ ਬਸ ਦਿਲੋਂ ਲਵ ਯੂ ਆ। ਸੋ ਬਾਬਾ ਜੀ ਉਹਨਾਂ ਨੂੰ ਚੜ੍ਹਦੀ ਗੱਲਾਂ 'ਚ ਰੱਖੇ, ਬਹੁਤ ਸਾਰੀਆਂ ਖੁਸ਼ੀਆਂ ਦੇਵੇ ਪਰਮਾਤਮਾ ਉਹਨਾਂ ਨੂੰ ਵੀ, ਉਹਨਾਂ ਨੇ, ਹੈ ਨਾ, ਸੋਚਿਆ ਭਾਅ ਜੀ ਨੇ, ਅਤੇ ਬਸ ਥੈਂਕ ਯੂ ਆ। ਕਿਉਂਕਿ ਇਹ ਵੀ ਮੈਂ ਬੜੀ ਮੁਸ਼ਕਲ ਤੋਂ ਉਹਨਾਂ ਦਾ ਨਾਮ ਲਿੱਤਾ, ਭਾਅ ਜੀ ਨੇ ਮਨਾ ਕੀਤਾ ਸੀ ਵੀ ਚੰਨੀ ਪਲੀਜ਼ ਮੇਰਾ ਨਾਮ ਨਹੀਂ ਲੈਣਾ, ਨਾਮ ਨਹੀਂ ਲਿਆ, ਬਸ ਦਿਲੋਂ ਥੈਂਕ ਯੂ ਆ ਤੁਹਾਡਾ ਫਿਰ ਵੀ, ਕਿਉਂਕਿ ਮੇਤੋਂ ਰਿਹਾ ਨਹੀਂ ਗਿਆ, ਕਿਉਂਕਿ ਤੁਸੀਂ ਇੰਨਾ ਪਿਆਰ ਦਿੱਤਾ, ਹੈ ਨਾ, ਕਦੇ ਆਪਣਿਆਂ ਨੇ ਨਹੀਂ ਸੋਚਿਆ, ਅਤੇ ਤੁਸੀਂ ਇੰਨੀ ਦੂਰ ਬੈਠੇ ਹੋਏ ਸੋਚਿਆ ਇਹ ਚੀਜ਼, ਅਤੇ ਮੇਰੀ ਹੈਲਪ ਕੀਤੀ, ਦਿਲੋਂ ਥੈਂਕ ਯੂ ਆ। ਅਤੇ ਬਾਕੀ ਹੁਣ ਅਸੀਂ ਮਿਸਤਰੀ ਆ ਰਿਹਾ ਥੋੜ੍ਹੀ ਦੇਰ ਤੱਕ, ਉਹ ਰੋਟੀ ਖਾਣ ਗਿਆ ਹੈ, ਅਤੇ ਮੈਂ ਕਿਹਾ ਲੇਬਰ ਵਾਲੇ ਡੈਡੀ ਮੰਗਾ ਬੁਲਾਈ ਨਾ ਉਹਨੂੰ, ਕਹਿ ਦੀ ਮਿਸਤਰੀ ਨੂੰ, ਕਿਉਂਕਿ ਮੈਂ ਤਾਂ ਹੈਗਾ ਹੀ ਹਾਂ, ਜਦੋਂ ਆਪਾਂ ਹੈਗੇ ਹਾਂ ਆਪਾਂ ਕਰ ਸਕਦੇ ਹਾਂ ਕੰਮ। ਹੁਣ ਆਪਾਂ ਪਾਣੀ ਲਾ ਦਈਏ ਕੰਧ ਨੂੰ, ਬਹੁਤ ਜ਼ਿਆਦਾ ਜ਼ਰੂਰਤ ਹੈ ਜੰਗਲੇ ਦੀ, ਕਿਉਂਕਿ ਆਹ ਸਾਡਾ ਰੂਮ ਹੈ ਅਤੇ ਰੂਮ ਤੋਂ ਜਦੋਂ ਵੀ ਬਾਹਰ ਨਿਕਲਦੇ ਹਾਂ ਤਾਂ ਥੋੜ੍ਹੀ ਜਿਹੀ ਸਪੇਸ ਹੈ, ਕਈ ਵਾਰ ਬੰਦਾ ਅਚਾਨਕ ਚੱਕ ਕੇ, ਹੈ ਨਾ, ਅੱਗੇ ਨੂੰ ਗਿਰ ਸਕਦਾ, ਅਤੇ ਕੱਲ੍ਹ ਬੇਬੀ ਨੇ ਵੀ ਆਉਣਾ ਹੈ ਅਤੇ ਇਸ ਲਈ। ਬਾਕੀ ਇਹ ਪੌੜੀ ਹੈ, ਪੌੜੀ ਦਾ ਵੀ ਜੰਗਲਾ ਲਵਾਉਣਾ ਹੈ, ਅਤੇ ਇਸੇ ਕਰਕੇ ਇਹਨੂੰ ਸੈੱਟ ਕਰਨਾ ਸ਼ੁਰੂ ਕਰਤਾ ਅਸੀਂ, ਮੈਂ ਅਤੇ ਪਾਪਾ। ਇਹਨੂੰ ਪਲਸਤਰ ਕਰਾਉਣਾ ਆਪਾਂ, ਆ ਜਿਹੜੀ ਟੁੱਟੀ ਹੋਈ ਹੈ ਨਾ, ਕਿਉਂਕਿ ਇਹਦੀ ਮੁਰੰਮਤ ਕਰਾ ਲੈਣੀ ਹਲੇ, ਅਤੇ ਇਹਨੇ ਸਾਫ਼ ਸੁਥਰਾ ਹੋ ਜਾਣਾ। ਤੀਹ ਇੱਟਾਂ, ਠੀਕ ਹੈ। ਮੈਡਮ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ ਜੀ, ਅੱਜ ਤੁਸੀਂ ਬਾਹਰ ਨਿਕਲਦੇ ਆ ਜਾ, ਬਹੁਤ ਬਹੁਤ ਉਦੋਂ ਤਾਂ ਕਹਿੰਦੀ ਸੀ ਐਂ ਕਰ ਦੂੰਗੀ, ਬਹੁਤ ਕਰ ਦੂੰ, ਆ ਜਾ ਮੈਂ ਬਾਹਰ ਖੜਿਆ, ਆ ਜਾ ਬਾਹਰ, ਆ ਜਾ ਆ ਜਾ ਆ ਜਾ ਬਾਹਰ, ਆ ਜਾ ਜੇ ਹੈ ਹਿੰਮਤ, ਜ਼ਿਆਦਾ ਚਾਵਰ ਰਹੀ ਹੈ ਨਾ ਤੂੰ ਜਿਹੜੀ ਬਾਹਰ ਆ ਕੇ ਲੜ ਮੇਰੇ ਨਾਲ, ਜੇ ਲੜਨ ਆ ਜਾ ਬਾਹਰ, ਬਾਹਰ ਕਾਹਤੋਂ ਨਹੀਂ ਆ ਰਹੀ ਹੁਣ ਦੱਸ, ਨਾ ਦੱਸ ਬਾਹਰ ਕਾਹਤੋਂ ਨਹੀਂ ਆ ਰਹੀ, ਬਾਹਰ ਕਾਹਤੋਂ ਨਹੀਂ ਆ, ਫਿਰ ਬਾਹਰ ਆ ਜਾ ਲੜ ਲੈ, ਆ ਜਾ ਹੁਣ ਬਾਹਰ ਨਹੀਂ ਆਇਆ ਜਾਣਾ ਕਿਉਂਕਿ ਬਾਹਰ ਗ੍ਰਹਿਣ ਲੱਗਿਆ ਵਾ। ਸਹੀ ਹੈ ਸਹੀ ਹੈ, ਚੰਨੋ ਕਿੱਧਰ ਚਲੋ, ਤਿੰਨ ਪੰਜ ਕਰਦੀ ਹੈ, ਤੂੰ ਆ ਕੇ ਦਿਖਾ ਨਾ ਬਾਹਰ, ਆ ਜਾ। ਬਾਹਰ ਗਰਮੀ ਬਹੁਤ ਹੈ ਅਤੇ ਮਿਸਤਰੀ ਲੱਗਿਆ ਹੋਇਆ ਅਤੇ ਬਸ ਚੱਲ ਰਿਹਾ ਕੰਮ, ਅਤੇ ਹੁਣ ਆਪਾਂ ਘਰ ਨੂੰ ਸੋਹਣਾ 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 ਘਰ ਬਣਾ ਦੇਣਾ, ਠੀਕ ਹੈ ਜੀ। ਅਤੇ ਬਾਕੀ ਚਾਹ ਪੀਂਦੇ ਹਾਂ ਹੁਣ ਘੈਂਟ ਜੀ, ਹੈ ਨਾ ਚੰਨੋ, ਡੈਡੀ ਪੂਰੀ ਫੋਮ ਆਏ, ਹੈ ਨਾ ਡੈਡੀ,
फिर भज गया डैडी मिस्त्री तेन सीधा टारगेट कर रहा डैडी काके की खा रहे लेमन दे बच्चे मन के सच्चे देख लो चक भी लिया किडी खावे ले दे दे एक होर मेरे को दे दे मेरे को तेरा नाम क्या है मम्मी कहाँ है मम्मी कहाँ है बेटा नहीं गंदा गंदे बच्चे मम्मी कहाँ पे है पापा कहाँ है पापा अरे चला चले मम्मी के पास बाय बाय कर दो ऐसे बाय बाय टाटा आ गया मैं आ गया खड़ा वहाँ पे वो आ गया बाऊ भाग जा मम्मा के पास चली जा मम्मा के पास क्या बड़ा हो गया मैं आज तक नहीं पता लगे भी बाऊ कि जानवर है या माऊ जिन्हां नाल पंजाब दे बच्चे नूं डराया जाता जिहदे नाम तो वो मैं आज तक नहीं पता लगे भी वो है क्या चीज़ है माऊ हाँ जी डैडी जी तो साढ़े घर चल रहा काम थोड़ा जहा जी मुरम्मत कर रहे हैं थोड़ी टुट भज जी हुई भी ना घर की मैं क्या एसी नूं आपां सैट कर लिया ना घर नूं बहुत सोहना लगेगा क्योंकि जिहड़े थमले आ ये बनाए अज देखो जिमें कि तुसीं देखिया थमले बनवाए अज आपां ने है ना तो कल ये सुक जाणगे सारा दिन च ते परसों नूं आपां जंगला लवा लेना इत्थे क्योंकि बहुत सावधानी वरतनी पैंदी सी इत्थों जाण लगे चन्नो नूं भी पापा नूं भी ते मन्नू भी इस करके आपां सोचा भी चलो है ना जंगला लवा लईए ते आपां इह जंगला बनवा लिया तो परसों नूं आपां जंगला लवा लेना ते बाकी अज दा ब्लॉग है जिहड़ा बनाया नहीं गया बाला बाकी जिहड़ा अज दा ब्लॉग है वह इन्ना ही है मित्रों डैडी तो असीं थोड़े बिजी हाँ बाबे तो थैंक यू सो मच तो बाकी कल लेके आवांगे वधिया ब्लॉग क्योंकि अज थोड़ा बिजी सी काम चल रहा इस करके ब्लॉग बनाया नहीं गया है ना क्योंकि असीं आप ही लगे हुए सी पापा मैं तो मिस्त्री दे नाल चन्नो बाहर नहीं निकल सकते अज ग्रहण लग्या होया सी है ना तो बाकी डैडी मैं आ गया ठीक है बाय बाय मिलते हैं कल नवें ब्लॉग के नाल।